ਸੋ ਅੱਗੇ ਆਉਂਦਾ ਜੀ ਕਿ ਜਦੋਂ ਤੁਸੀਂ ਆਈਪੀ ਮੀਟਿੰਗ ਦੀ ਤੁਹਾਨੂੰ ਕਾਲ ਆ ਜਾਂਦੀ ਹੈ ਤੇ ਉਸ ਆਈਪੀ ਮੀਟਿੰਗ ਲਈ ਤੁਸੀਂ ਤਿਆਰ ਹੋ ਕੇ ਕਿਵੇਂ ਜਾਣਾ ਹੈ ਕਿਉਂਕਿ ਸਕੂਲ ਵਾਲਿਆਂ ਨੇ ਤਾਂ ਆਪਣੀ ਰਿਸਰਚ ਕਰ ਲਈ ਸਟੱਡੀ ਕਰ ਲਈ ਬੱਚੇ ਦੀਆਂ ਲੋੜਾਂ ਸਮਝ ਲੀਆਂ ਉਹਦੇ ਗੁਣ ਸਮਝ ਲਏ ਕਿਹੜੇ ਕਿਹੜੇ ਗੋਲਸ ਤੇ ਉਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਕੀ ਰੋਲ ਹੈ ਉਹਨਾਂ ਦੀ ਕੀ ਭੂਮਿਕਾ ਹੈ ਉਹ ਸਾਰਾ ਉਹਨਾਂ ਨੂੰ ਕਲੀਅਰ ਹੈ ਪਰ ਬੀਇੰਗ ਐਜ਼ ਅ ਮਾਪੇ ਜਦੋਂ ਤੁਸੀਂ ਉਸ ਮੀਟਿੰਗ ਦੇ ਵਿੱਚ ਜਾਣਾ ਹੈ ਤੇ ਤੁਸੀਂ ਕਿਵੇਂ ਤਿਆਰ ਹੋ ਕੇ ਜਾਣਾ ਹੈ ਤੁਹਾਡੇ ਕੀ ਫਰਜ਼ ਨੇ ਕਿ ਅੱਜ ਮੇਰੇ ਬੱਚੇ ਦੀ ਮੀਟਿੰਗ ਹੈ ਤੇ ਮੈਂ ਕੀ ਕੁਝ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਹੈ ਅਸੀਂ ਉਹ ਡਿਸਕਸ ਕਰਾਂਗੇ ਇਹਦੇ ਵਿੱਚ ਹੈਗਾ ਕਿ ਤੁਹਾਡੇ ਬੱਚੇ ਦੇ ਬਾਰੇ 'ਚ ਤੁਹਾਡੇ ਕੀ ਵਿਚਾਰ ਹੈ ਤੁਸੀਂ ਕੀ ਸੋਚਦੇ ਹੋ ਕਿ ਮੇਰੇ ਬੱਚੇ ਦਾ ਫਿਊਚਰ ਕਿਵੇਂ ਦਾ ਹੋਵੇ ਮੈਂ ਬੱਚੇ ਲਈ ਮੈਂ ਆਹ ਸੋਚਦੇ ਹਾਂ ਮੈਂ ਬੱਚਾ ਮੇਰਾ ਆਹ ਨਹੀਂ ਕਰ ਸਕਦਾ ਮੇਰਾ ਬੱਚਾ ਪਰ ਆਹ ਕਰ ਸਕਦਾ ਸੋ ਤੁਹਾਡੇ ਵਿਚਾਰ ਤੁਹਾਡੇ ਮਾਰਗ ਦਰਸ਼ਨ ਕੀ ਨੇ ਤਾਂ ਕਿ ਤੁਸੀਂ ਸਕੂਲ ਵਾਲਿਆਂ ਨੂੰ ਹੈਲਪ ਕਰ ਸਕੋ ਕਿ ਉਹ ਤੁਹਾਡੇ ਬੱਚੇ ਨਾਲ ਅੱਛੇ ਤਰੀਕੇ ਨਾਲ ਕਿਵੇਂ ਕੰਮ ਕਰ ਸਕਣ ਕਿਉਂਕਿ ਤੁਹਾਡਾ ਬੱਚਾ ਇਹ ਗੱਲ ਮਹਿਸੂਸ ਕਰਦਾ ਹੈ ਕਿ ਜਦੋਂ ਉਹ ਕਿਸੇ ਵੀ ਕੰਮ ਦੇ ਵਿੱਚ ਅੱਗੇ ਵੱਧਦਾ ਤੁਹਾਨੂੰ ਪ੍ਰੇਜ਼ ਮਿਲਦੀ ਹੈ ਨਾ ਜੀ ਪ੍ਰੇਜ਼ ਸਪੋਜ਼ ਜਿਵੇਂ ਤੁਸੀਂ ਹੁਣ ਕਿਸੇ ਨੂੰ ਡਿਨਰ ਤੇ ਬੁਲਾਇਆ ਤੇ ਤੁਸੀਂ ਖਾਣਾ ਬੜਾ ਸਵਾਦ ਬਣਾਇਆ ਤੇ ਉਹਨਾਂ ਨੇ ਪ੍ਰੇਜ਼ ਕਰਤੀ ਤੇ ਅਗਲੇ ਮਹੀਨੇ ਤੁਸੀਂ ਫੇਰ ਉਹਨਾਂ ਨੂੰ ਬੁਲਾਇਆ ਤਾਂ ਤੁਸੀਂ ਕੀ ਕਰੋਗੇ ਸੇਮ ਡਿਸ਼ ਫੇਰ ਬਣਾਓਗੇ ਨਾ ਕਿਉਂ ਬਣਾਓਗੇ ਸੇਮ ਡਿਸ਼ ਪ੍ਰੇਜ਼ ਮਿਲੀ ਸੀ ਸੋ ਜਦੋਂ ਸਾਨੂੰ ਕਿਸੇ ਕੰਮ ਕਰਨ ਤੋਂ ਬਾਅਦ ਸਾਨੂੰ ਪ੍ਰਸ਼ੰਸਾ ਮਿਲਦੀ ਹੈ ਅਸੀਂ ਉਹ ਕੰਮ ਬਾਰ ਬਾਰ ਕਰਦੇ ਹਾਂ ਸੋ ਸੇਮ ਪ੍ਰਿੰਸੀਪਲ ਅਸੀਂ ਇਹਨਾਂ ਬੱਚਿਆਂ ਨਾਲ ਯੂਜ਼ ਕਰਦੇ ਹਾਂ ਕਿ ਜਦੋਂ ਅਸੀਂ ਕਿਸੇ ਬੱਚਾ ਕੋਈ ਸਕਸੈਸਫੁਲ ਹੁੰਦਾ ਅਸੀਂ ਉਹਦੀ ਪ੍ਰੇਜ਼ ਕਰਦੇ ਹਾਂ ਤਾਂ ਬੱਚਾ ਉਹ ਪ੍ਰੇਜ਼ ਲੈਣ ਲਈ ਉਹ ਕੰਮ ਬਾਰ ਬਾਰ ਕਰਦਾ ਸੋ ਇਹ ਸਾਰੀਆਂ ਗੱਲਾਂ ਤੁਸੀਂ ਦੱਸਣੀਆਂ ਸੋਚਣੀਆਂ ਨੇ ਇਸ ਤੋਂ ਬਾਅਦ ਹੈ ਕਿ ਬੱਚੇ ਨੂੰ ਕੀ ਪਸੰਦ ਹੈ ਉਹਨੂੰ ਕੀ ਕਰਨਾ ਅੱਛਾ ਲੱਗਦਾ ਉਹਦੇ ਇੰਟਰਸਟ ਕੀ ਨੇ ਇਹ ਸਾਰੀਆਂ ਗੱਲਾਂ ਤੁਸੀਂ ਡਿਸਕਸ ਕਰਨੀਆਂ ਸਕੂਲ ਵਾਲੇ ਨਾਲ ਬਿਕੋਜ਼ ਤੁਸੀਂ ਸੋਚੋ ਕਿ ਸਕੂਲ ਦੇ ਵਿੱਚ ਇੱਕ ਟੀਚਰ ਕੋਲ 20 ਸਟੂਡੈਂਟਸ ਹੁੰਦੇ ਆ ਅਤੇ ਸਾਡੇ ਕੋਲ ਘਰ ਕਿੰਨੇ ਬੱਚੇ ਹੁੰਦੇ ਆ 3 ਅਤੇ ਮੈਕਸੀਮਮ 4 ਠੀਕ ਹੈ ਨਾ ਜੀ ਜੇ ਅਸੀਂ ਆਪਣੇ ਬੱਚੇ ਦੀ ਪਲਾਨਿੰਗ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਵਾਂਗੇ ਤਾਂ ਟੀਚਰਸ ਲਈ ਕਿੰਨੀ ਹੈਲਪ ਹੋ ਜਾਂਦੀ ਹੈ ਅਤੇ ਪਰਿਵਾਰ ਦੀ ਮੈਡੀਕਲ ਜਾਣਕਾਰੀ ਬਾਰੇ ਪਤਾ ਹੋਣਾ ਚਾਹੀਦਾ ਕਿ ਅਗਰ ਕੋਈ ਤੁਹਾਡੇ ਬੱਚੇ ਦਾ ਕੋਈ ਨਵਾਂ ਟੈਸਟ ਹੋਣਾ ਜਾਂ ਟੈਸਟ ਹੋਣ ਵਾਲਾ ਹੈ ਜਾਂ ਹੋ ਚੁੱਕਿਆ ਉਹਦੇ ਬਾਰੇ 'ਚ ਇਨਫੋਰਮੇਸ਼ਨ ਜ਼ਰੂਰ ਦਿਓ ਬਿਕੋਜ਼ ਸਮਟਾਈਮਸ ਕੀ ਹੁੰਦਾ ਕਿ ਬੱਚੇ ਦੀ ਕਈ ਵਾਰੀ ਆਈਸਾਈਟ ਦਾ ਟੈਸਟ ਹੋਣਾ ਹੁੰਦਾ ਅਤੇ ਸਕੂਲ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਉਹ ਬੱਚੇ ਨੂੰ ਪਿੱਛੇ ਬਿਠਾ ਦਿੰਦੇ ਆ ਬੱਚੇ ਨੂੰ ਕਲੀਅਰਲੀ ਦਿਖਦਾ ਨਹੀਂ ਤਾਂ ਉਹ ਕੀ ਹੁੰਦਾ ਬੱਚਾ ਫਰਸਟ੍ਰੇਟ ਹੋ ਜਾਂਦਾ ਪਰ ਜੇ ਉਹੀ ਤੁਸੀਂ ਸਕੂਲ ਵਾਲਿਆਂ ਨਾਲ ਡਿਸਕਸ ਕਰੋ ਕਿ ਸਾਡੇ ਬੱਚੇ ਦਾ ਨਿਗਾਹ ਨਜ਼ਰ ਦਾ ਟੈਸਟ ਹੋਣਾ ਤਾਂ ਬੱਚੇ ਨੂੰ ਕੀ ਕਰਨਗੇ ਅੱਗੇ ਬਿਠਾਉਣਗੇ ਜਾਂ ਉਹਨੂੰ ਸੌਖਾ ਕੰਮ ਦੇਣਗੇ ਤਾਂ ਕਿ ਬੱਚਾ ਸਕਸੈਸਫੁਲ ਹੋਵੇ ਉਹਦੇ ਬਿਹੇਵੀਅਰਸ ਘੱਟ ਹੋਣ ਸੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਜਦੋਂ ਤੁਸੀਂ ਸਕੂਲ ਆਈਪੀ ਮੀਟਿੰਗ 'ਚ ਜਾਂਦੇ ਹੋ ਜ਼ਰੂਰ ਸ਼ੇਅਰ ਕਰੋ ਉਸ ਤੋਂ ਬਾਅਦ ਹੈ ਜੀ ਕਿ ਤੁਸੀਂ ਸਿਰਫ ਸਕੂਲ ਅਤੇ ਘਰ ਦੇ ਵਿੱਚ ਹੀ ਨਹੀਂ ਦੱਸਣਾ ਕਿ ਸਾਨੂੰ ਘਰ ਦੇ ਵਿੱਚ ਆਹ ਪ੍ਰੋਬਲਮ ਆਉਂਦੀ ਹੈ ਜਾਂ ਟੀਚਰਸ ਕਹਿਣ ਤੁਹਾਨੂੰ ਸਕੂਲ ਵਿੱਚ ਇਹ ਪ੍ਰੋਬਲਮ ਆਉਂਦੀ ਪਰ ਜੇ ਤੁਹਾਨੂੰ ਕਮਿਊਨਿਟੀ ਦੇ ਵਿੱਚ ਬਾਹਰ ਜਾ ਕੇ ਵੀ ਆਉਂਦੀ ਹੈ ਜਿਵੇਂ ਤੁਸੀਂ ਪਾਰਕ 'ਚ ਲੈ ਕੇ ਗਏ ਜਾਂ ਗੁਰਦੁਆਰੇ ਲੈ ਕੇ ਗਏ ਜੇ ਉੱਥੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਕਹਿੰਦੇ ਮੇਰਾ ਬੱਚਾ ਭੱਜਦਾ ਮੇਰਾ ਬੱਚਾ ਕਹਿਣਾ ਨਹੀਂ ਮੰਨਦਾ ਤਾਂ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਸਕੂਲ ਵਾਲਿਆਂ ਨਾਲ ਬੇਝਿਜਕ ਸਾਂਝੀਆਂ ਕਰੋ ਕਿਉਂਕਿ ਜੇ ਉਹਨਾਂ ਨੂੰ ਪਤਾ ਲੱਗੂਗਾ ਜਿਵੇਂ ਉਹਨਾਂ ਨੇ ਕਦੇ ਫੀਲਡ ਟ੍ਰਿਪ 'ਤੇ ਲੈ ਕੇ ਜਾਣਾ ਤਾਂ ਕਿ ਉਹ ਵੀ ਅਵੇਅਰ ਆਫ ਹੋਣ ਕਿ ਤੁਹਾਡੇ ਬੱਚੇ ਨੂੰ ਇਹ ਮੁਸ਼ਕਿਲ ਬਾਹਰ ਜਾ ਕੇ ਆਉਂਦੀ ਹੈ ਜੇ ਆਪਾਂ ਦੱਸਾਂਗੇ ਨਹੀਂ ਤਾਂ ਮੁਸ਼ਕਿਲ ਬੱਚੇ ਵਾਸਤੇ ਵੀ ਹੈ ਟੀਚਰਸ ਵਾਸਤੇ ਵੀ ਹੈ ਤੁਹਾਡੇ ਵਾਸਤੇ ਵੀ ਹੈ ਉਸ ਤੋਂ ਬਾਅਦ ਇਹ ਜੀ ਕਿ ਤੁਹਾਡੇ ਸਕੂਲ ਵਾਲਿਆਂ ਨੂੰ ਇਹ ਪੁੱਛੋ ਕਿ ਜਿਹੜੀਆਂ ਸਕੂਲ ਦੇ ਵਿੱਚ ਉਹ ਸਟ੍ਰੈਟੇਜੀਜ਼ ਜਾਂ ਰਣ ਰੀਤੀਆਂ ਯੂਜ਼ ਕਰਦੇ ਨੇ ਉਹ ਕੀ ਘਰ ਦੇ ਵਿੱਚ ਯੂਜ਼ ਕਰ ਸਕਦੇ ਹਾਂ ਅਸੀਂ ਕਿ ਅਸੀਂ ਘਰ ਵਿੱਚ ਵੀ ਉਹ ਚੀਜ਼ਾਂ ਗੁਣ ਵਰਤ ਸਕਦੇ ਹਾਂ ਆਪਣੇ ਬੱਚੇ ਨੂੰ ਸਿਖਾਉਣ ਵਾਸਤੇ ਇਹ ਨਹੀਂ ਕਿ ਮੇਰਾ ਬੱਚਾ ਸਕੂਲ ਗਿਆ ਅਤੇ ਉਹ ਜਿਹੜੇ ਕੰਮ ਹੋਣੇ ਸੀ ਉਹ ਸਕੂਲ 'ਚ ਹੀ ਹੋਣੇ ਸੀ ਉਹ ਮੈਂ ਘਰ ਵਿੱਚ ਨਹੀਂ ਲਾਗੂ ਕਰ ਸਕਦਾ ਜਾਂ ਜਿਹੜੇ ਗੱਲਾਂ ਘਰ ਵਿੱਚ ਲਾਗੂ ਹੁੰਦੀਆਂ ਸਕੂਲ 'ਚ ਨਹੀਂ ਹੋ ਸਕਦੀਆਂ ਸੋ ਇਹ ਦੋਨੋਂ ਘਰ ਅਤੇ ਸਕੂਲ ਦੇ ਮਾਹੌਲ ਦਾ ਆਪਸੀ ਤਾਲਮੇਲ ਜ਼ਰੂਰ ਰੱਖੋ ਉਸ ਤੋਂ ਬਾਅਦ ਜੀ ਕਿ ਪਿਛਲੇ ਸਾਲ ਜੋ ਤੁਸੀਂ ਆਈਪੀ ਦੀ ਰਿਪੋਰਟ ਤਿਆਰ ਕੀਤੀ ਸੀ ਉਸ ਨੂੰ ਦੁਬਾਰਾ ਇੱਕ ਵਾਰੀ ਜ਼ਰੂਰ ਫੇਰ ਵੇਖੋ ਟੀਚਰਸ ਨਾਲ ਡਿਸਕਸ ਕਰੋ ਕਿ ਪਿਛਲੇ ਸਾਲ ਆਪਾਂ ਆਹ ਗੋਲ ਮਿੱਥੇ ਸੀ ਇਸ ਸਾਲ ਮੇਰਾ ਬੱਚਾ ਕਿੰਨੀ ਤਰੱਕੀ ਕਰ ਗਿਆ ਕੀ ਆਪਾਂ ਨੂੰ ਬਦਲਣ ਦੀ ਲੋੜ ਹੈ ਕਿ ਉਹਨਾਂ 'ਤੇ ਦੁਬਾਰਾ ਕੰਮ ਕਰਨ ਦੀ ਲੋੜ ਹੈ ਹੋ ਸਕਦਾ ਸਾਡਾ ਬੱਚਾ ਕੁਝ ਸਿੱਖ ਗਿਆ ਹੋਵੇ ਯੂਜਲੀ ਬੱਚੇ 6 ਜਾਂ 7 ਮਹੀਨੇ ਤੋਂ ਬਾਅਦ ਪ੍ਰੋਗਰੈਸ ਦਿਖਾਉਣ ਲੱਗ ਜਾਂਦੇ ਜਿਹੜੇ ਬਹੁਤ ਸਲੋ ਹੁੰਦੇ ਆ ਅਦਰਵਾਈਜ਼ ਬੱਚੇ ਸਾਨੂੰ ਪ੍ਰੋਗਰੈਸ ਦਿਖਣ ਲੱਗ ਜਾਂਦੇ ਆ ਸੋ ਜਦੋਂ ਅਸੀਂ ਕਿਸੇ ਕੰਮ 'ਚ ਕੁਝ ਸਿੱਖਦੇ ਨਹੀਂ ਤਾਂ ਉਦੋਂ ਦੋ ਹੀ ਢੰਗ ਹੁੰਦੇ ਆ ਕਿਹੜੇ ਕਿਹੜੇ ਢੰਗ ਸੋਚਦੇ ਹੋ ਤੁਸੀਂ ਕੀ ਹੋ ਸਕਦਾ ਤੁਸੀਂ ਹੁਣ ਮੈਨੂੰ ਸਾਈਕਲ ਚਲਾਉਣਾ ਸਿਖਾਉਣ ਲੱਗ ਗਏ ਅਤੇ 6 ਮਹੀਨੇ ਮੈਂ ਸਿੱਖਿਆ ਨਹੀਂ ਤਾਂ ਤੁਸੀਂ ਕੀ ਸੋਚੋਗੇ ਵੀ ਹੁਣ ਕੀ ਕਰੀਏ ਛੱਡਦੀ ਆ ਸਿਖਾਈਏ ਨਾ ਅਰਮਿੰਦਰ ਨੂੰ ਸਾਈਕਲ ਤੁਰ ਕੇ ਚਲੀ ਜਾਇਆ ਕਰੂਗੀ ਕਿ ਤੁਸੀਂ ਸੋਚਦੇ ਹੋ ਵੀ ਸਾਈਕਲ ਛੋਟਾ ਲੈ ਲਈਏ ਜਾਂ ਇਹਨੂੰ ਸਿਖਾਉਣ ਦਾ ਢੰਗ ਬਦਲੀਏ ਅਸੀਂ ਦੋ ਹੀ ਹਾਲਾਤਾਂ 'ਚ ਅਸੀਂ ਨਹੀਂ ਸਿੱਖਦੇ ਜਾਂ ਤਾਂ ਸਾਨੂੰ ਸਿਖਾਉਣ ਵਾਲੇ ਨੂੰ ਨਹੀਂ ਪਤਾ ਸਾਨੂੰ ਕਿਵੇਂ ਸਿਖਾਉਣਾ ਜਾਂ ਸਾਨੂੰ ਸਿੱਖਣ ਦਾ ਨਹੀਂ ਪਤਾ ਅਸੀਂ ਕਿਵੇਂ ਸਿੱਖਣਾ ਹੋ ਸਕਦਾ ਮੈਂ ਸਾਈਕਲ ਵੱਡਾ ਲੈ ਕੇ ਮੈਂ ਕਹਾਂ ਟਰਾਈ ਕਰਾਂ ਅਤੇ ਗਿਰ ਜਾਵਾਂ ਅਤੇ ਮੈਂ ਕਹਾਂ ਮੈਂ ਨਹੀਂ ਸਿੱਖਣਾ ਸੋ ਜੇ ਮੈਨੂੰ ਛੋਟਾ ਸਾਈਕਲ ਦੇ ਦੋਗੇ ਤਾਂ ਮੈਂ ਜਲਦੀ ਸਿੱਖ ਲੂੰਗੀ ਹੋ ਸਕਦਾ ਤੁਸੀਂ ਮੈਨੂੰ ਪਹਿਲਾਂ ਕਹੋ ਵੀ ਪਹਿਲਾਂ ਇੱਕ ਪੈਰ ਰੱਖ ਫਿਰ
ट्रेनिंग व्हील्स ला दोगे भी उवें सीखे। सो जो थानू लगता है कि साडे बच्चे ने कुछ नहीं सीखा तो उस टाइम सिखाउण दा ढंग ते सिखाउण वाले दा ढंग दो चीज़ां चेंज करनी है। आई जी समझ? कोई क्वेश्चन तुहाडा, कोई सवाल? जो तुसी आई पी मीटिंग दे विच जाने हो उदो उत्थे जाके चुपचाप ना बैठ जाओ भी मैं तां जी मम्मी डैडी असी मीटिंग च आए हाँ, जो दसोंगे असी गल करांगे। जिहड़े बाकी दे प्रोफेशनल्स आए हुए ने उन्हां सारिआं नाल गलबात करो भी तुहाडा की रोल है, मेरे बच्चे नूं तुसी की सिखाउंदे हो, जां जिहड़ा कुछ तुसी सिखाउंदे हो की तुसी मैनूं दस सकदे हो भी मैं घरे भी उहनूं इही सिखावां। उहनां दी भूमिका पुछो भी तुसी एस एल पी हो, तुसी की सिखाउंदे हो जी, ਤੁਸੀਂ ਕਿੰਨੇ ਘੰਟੇ ਕੰਮ ਕਰਦੇ ਹੋ? ਕਿਉਂਕਿ ਕਈ ਵਾਰੀ ਸਕੂਲਸ ਦੇ ਵਿੱਚ ਐਸ ਐਲ ਪੀ ਆਉਂਦੇ ਨੇ ਨਾ ਮਦਦ ਕਰਨ ਵਾਸਤੇ, ਜਾਂ ਓਕੂਪੇਸ਼ਨਲ ਥੈਰੇਪਿਸਟ ਵੀ ਆਉਂਦੇ ਨੇ। ਸੋ ਹਰੇਕ ਨੂੰ ਉਹਨਾਂ ਦੀ ਭੂਮਿਕਾ ਪੁੱਛੋ ਅਤੇ ਆਪਣੀ ਵੀ ਦੱਸੋ ਕਿ ਅਸੀਂ ਉਹਦੇ ਮਾਪੇ ਹਾਂ, ਅਸੀਂ ਘਰ ਵਿੱਚ ਇਹ ਗੱਲਾਂ 'ਤੇ ਕੰਮ ਕਰਦੇ ਹਾਂ, ਅਸੀਂ ਆਹ ਗੋਲ ਮਿੱਥੇ ਹੈ, ਅਸੀਂ ਇਹਨਾਂ ਨੂੰ ਤਰੱਕੀ ਦੇ ਵਿੱਚ ਮਾਪਣਾ ਚਾਹੁੰਦੇ ਹਾਂ। ਸੋ ਇਹ ਸਾਰੀਆਂ ਗੱਲਾਂ ਤੁਸੀਂ ਉਹਨਾਂ ਨਾਲ ਗੱਲ ਕਰੋ। ਅਗਰ ਸਮਟਾਈਮਸ ਸਾਡੀਆਂ ਫੈਮਲੀਜ਼ ਦੀ ਇਹ ਕਿ ਸਾਨੂੰ ਕਈ ਵਾਰੀ ਇੰਗਲਿਸ਼ ਕਰਕੇ ਅਸੀਂ ਝਿਜਕ ਜਾਂਦੇ ਹਾਂ ਕਿ ਮੀਟਿੰਗ 'ਚ ਕੀ ਜਾਣਾ ਹੈ। ਸੋ ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਉੱਥੇ ਇੰਗਲਿਸ਼ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਦੋ ਭਾਸ਼ੀ ਹੈ ਜਿਹਨੂੰ ਕਿ ਆਪਾਂ ਇੰਟਰਪ੍ਰੇਟਰ ਕਹਿ ਦਿੰਦੇ ਹਾਂ, ਉਹਦੇ ਲਈ ਜ਼ਰੂਰ ਕਹੋ, ਪਹਿਲਾਂ ਹੀ ਟੀਚਰਸ ਨੂੰ ਜਾ ਕੇ ਦੱਸ ਦਿਓ ਕਿ ਸਾਨੂੰ ਜੀ ਇੰਟਰਪ੍ਰੇਟਰ ਦੀ ਲੋੜ ਹੈ। ਜੇ ਤੁਹਾਨੂੰ ਲੱਗਦਾ ਵੀ ਉਸ ਟਾਈਮ ਤੁਹਾਨੂੰ ਇੰਟਰਪ੍ਰੇਟਰ ਨਹੀਂ ਮਿਲਦਾ, ਜਿਹੜਾ ਵੀ ਕੋਈ ਤੁਹਾਡਾ ਫੈਮਿਲੀ ਮੈਂਬਰ, ਕੋਈ ਫਰੈਂਡ, ਕੋਈ ਰਿਸ਼ਤੇਦਾਰ ਜਿਹਨੂੰ ਇੰਗਲਿਸ਼ ਟੂ ਪੰਜਾਬੀ, ਪੰਜਾਬੀ ਟੂ ਇੰਗਲਿਸ਼ ਕਰਨੀ ਆਉਂਦੀ ਹੈ, ਉਹਨੂੰ ਨਾਲ ਲੈ ਕੇ ਜਾਓ। ਮੇਰੇ ਇੱਕ ਫੈਮਿਲੀ ਸੀਗੀ ਮੇਪਲ ਰਿਜ ਦੇ ਵਿੱਚ, ਉਹਨਾਂ ਦੀ ਮੈਂ ਆਈ ਪੀ ਮੀਟਿੰਗ ਦੇ ਵਿੱਚ ਪ੍ਰੈਜੈਂਟ ਹੁੰਦੀ ਸੀ, ਪਰ ਕਦੇ ਕਦੇ ਜਦੋਂ ਮਾਮ ਨੇ ਟੀਚਰ ਨੂੰ ਮਿਲਣਾ ਹੁੰਦਾ ਸੀ ਤਾਂ ਉਹਨਾਂ ਨੂੰ ਇੰਟਰਪ੍ਰੇਟਰਸ ਮਿਲਦੇ ਨਹੀਂ ਸੀ। ਅਤੇ ਉਹਨਾਂ ਨੇ ਪਤਾ ਕੀ ਢੰਗ ਸੋਚਿਆ, ਉਹਨਾਂ ਨੇ ਮੈਨੂੰ ਫੋਨ ਕੀਤਾ, ਕਹਿੰਦੇ ਰਮਿੰਦਰ ਮੇਰੀ ਮੀਟਿੰਗ ਹੈ ਤੁਸੀਂ ਆ ਜਾਓਗੇ? ਮੈਂ ਕਿਹਾ ਜੀ ਮੈਂ ਨਹੀਂ ਆ ਸਕਦੀ, ਤੁਸੀਂ ਐਵੇਂ ਕਰੋ, ਹਾਈ ਸਕੂਲ ਤੁਹਾਡੇ ਹੈਗਾ ਨਾ ਬੇਟਾ, ਉਹਨਾਂ ਦਾ ਹਾਈ ਸਕੂਲ ਸੀ। ਮੈਂ ਕਿਹਾ 11ਵੀਂ 12ਵੀਂ ਦੇ ਬੱਚੇ ਕਿਸੇ ਨੂੰ ਕਹੋ ਪੰਜਾਬੀ ਆਉਂਦੀ ਹੈ? ਅਤੇ ਉਹਨਾਂ ਨੇ ਪੁੱਛਿਆ, ਕਹਿੰਦੇ ਹਾਂ ਆਉਂਦੀ ਹੈ। ਮੈਂ ਕਿਹਾ ਜੀ ਹਰੇਕ ਵਾਰੀ ਉਹ ਸਟੂਡੈਂਟ ਨੂੰ ਬੁਲਾ ਲਿਆ ਕਰੋ, ਪ੍ਰੋਬਲਮ ਹੱਲ ਹੋ ਗਈ ਨਾ ਜੀ। ਸੋ ਜਦੋਂ ਉਹਨਾਂ ਨੇ ਮੀਟਿੰਗ ਕਰਨੀ ਹੁੰਦੀ ਸੀ ਉਹ 11ਵੀਂ 12ਵੀਂ ਦੇ ਸਟੂਡੈਂਟ ਨੂੰ ਬੁਲਾ ਲੈਂਦੇ ਸੀ ਵੀ ਆ ਜਾ ਵੀ ਪੰਜਾਬੀ ਕਰ ਮੇਰੇ ਵਾਸਤੇ। ਅਤੇ ਉਹਨਾਂ ਨੇ ਇਟ ਸੈਲਫ ਡਾਇਰੀ ਦੇ ਵਿੱਚ ਵੀ ਮੇਰਾ ਐਵੇਂ ਲਿਖਿਆ ਹੋਇਆ ਸੀ, ਮੇਰੇ ਬੇਟੇ ਦੀ ਹੈਲਪ ਕਰਨ ਲਈ ਜਿਹੜੀ ਲੜਕੀ ਆਉਂਦੀ ਹੈ। ਕਿਸੇ ਦਾ ਕੀ ਨੁਕਸਾਨ ਹੋਇਆ ਜੀ? ਕੋਈ ਨੁਕਸਾਨ ਨਹੀਂ ਹੋਇਆ। ਤੁਹਾਨੂੰ ਜਿਹੜੀ ਵੀ ਲੈਂਗੁਏਜ ਦੇ ਵਿੱਚ ਗੱਲ ਆਉਂਦੀ ਹੈ, ਹਿੰਦੀ, ਪੰਜਾਬੀ, ਇੰਗਲਿਸ਼, ਉਰਦੂ, ਉਹਦੇ ਵਿੱਚ ਹੀ ਲਿਖੋ। ਸਾਨੂੰ ਸਮਝ ਨਹੀਂ ਆਉਂਦੀ ਇਹ ਸਾਡੀ ਪ੍ਰੋਬਲਮ ਹੈ, ਤੁਹਾਨੂੰ ਸਮਝਾਉਣਾ ਕਿਵੇਂ ਹੈ ਉਹ ਸਾਡੀ ਪ੍ਰੋਬਲਮ ਹੈ, ਪਰ ਤੁਹਾਡੇ 'ਚ ਇੰਨਾ ਵੱਲ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਜਿਹੜੀ ਝਿਜਕ ਹੈ ਦੱਸ ਸਕੋ ਵੀ ਸਾਨੂੰ ਇਹ ਗੱਲ ਸਮਝ ਨਹੀਂ ਆਈ ਜੀ, ਸਾਨੂੰ ਸਮਝਾਓ। ਕੀ ਕਦੇ ਤੁਹਾਨੂੰ ਕਿਸੇ ਪ੍ਰੋਫੈਸ਼ਨਲ ਨੇ ਕਿਹਾ ਵੀ ਜੇ ਤੁਹਾਨੂੰ ਸਮਝ ਨਹੀਂ ਆਈ ਤਾਂ ਮੈਂ ਨਹੀਂ ਸਮਝਾਉਣਾ? ਕਿਹਾ ਜੀ ਕਿਸੇ ਨੇ? ਨਹੀਂ ਕਿਹਾ, ਕਿਉਂਕਿ ਅਸੀਂ ਕਦੇ ਕਹਿੰਦੇ ਹੀ ਨਹੀਂ ਸਾਨੂੰ ਸਮਝ ਨਹੀਂ ਆਈ ਤਾਂ ਉਹ ਕਿਵੇਂ ਕਹਿਣਗੇ? ਸੋ ਕਹਿਣਾ ਸਿੱਖੋ, ਸਾਨੂੰ ਸਮਝ ਨਹੀਂ ਆਈ ਸਾਨੂੰ ਸਮਝਾਓ, ਕਿਵੇਂ ਸਮਝਾਉਣਾ ਉਹ ਸਾਡੀ ਪ੍ਰੋਫੈਸ਼ਨਲਸ ਦੀ ਪ੍ਰੋਬਲਮ ਹੈ। ਉਸ ਤੋਂ ਬਾਅਦ ਕਿ ਬੱਚੇ ਦੇ ਜਿਹੜੇ ਤੁਸੀਂ ਗੋਲ ਮਿੱਥਲੇ ਹੈ ਉਹਨਾਂ ਬਾਰੇ ਪੁੱਛੋ ਕਿ ਉਹਨਾਂ ਨੂੰ ਕਿਵੇਂ ਮਾਪਣਾ ਤੁਸੀਂ, ਅਤੇ ਕਿਹੜਾ ਟੀਚਾ ਤੁਸੀਂ ਯੂਜ਼ ਕੀਤਾ, ਆਹ ਗੋਲ ਮਾਪ ਅਸੀਂ ਮਿੱਥਲਿਆ ਇਹਨੂੰ ਅਸੀਂ ਕਿਵੇਂ ਮਾਪਣਾ, ਕਿਵੇਂ ਮੈਨੂੰ ਪਤਾ ਲੱਗੂਗਾ ਮੇਰਾ ਬੱਚਾ ਸਿੱਖ ਗਿਆ, ਜਾਂ ਉਹਨੂੰ ਹਲੇ ਹੋਰ ਸਿੱਖਣ ਦੀ ਲੋੜ ਹੈ, ਜਾਂ ਉਹਨੂੰ ਹਲੇ ਥੋੜ੍ਹੀ ਹੈਲਪ ਦੀ ਲੋੜ ਹੈ? ਇਹ ਸਾਰੀਆਂ ਗੱਲਾਂ ਤੁਹਾਨੂੰ ਟੀਚਰਸ ਨੂੰ ਪੁੱਛਣੀਆਂ ਚਾਹੀਦੀਆਂ, ਜਾਂ ਜਿਹੜੇ ਵੀ ਉਹਦੇ ਨਾਲ ਕੰਮ ਕਰਦੇ ਨੇ, ਜਾਂ ਫਿਰ ਜਦੋਂ ਤੁਸੀਂ ਗੋਲ ਮਿੱਥ ਲੈਂਦੇ ਹੋ ਤਾਂ ਉਹਦੇ ਡਾਟਾ ਕਲੈਕਸ਼ਨ ਬਾਰੇ ਪੁੱਛਿਆ ਕਰੋ। ਇਹ ਨਹੀਂ ਹੈ ਵੀ ਤੁਸੀਂ ਆਪ ਘਰ ਡਾਟਾ ਕਲੈਕਸ਼ਨ ਨਾ ਕਰੋ, ਘਰ ਵੀ ਕਰੋ ਤਾਂ ਕਿ ਤੁਸੀਂ ਉਹਨਾਂ ਨੂੰ ਕੰਪੈਰੀਜ਼ਨ ਦਿਖਾ ਸਕੋ ਵੀ ਮੈਂ ਸੇਮ ਗੋਲ 'ਤੇ ਕੰਮ ਕੀਤਾ, ਮੇਰਾ ਬੱਚਾ ਇੰਨਾ ਸਿੱਖ ਗਿਆ, ਸਕੂਲ ਦੇ ਵਿੱਚ ਦੱਸੋ ਮੈਨੂੰ ਕਿੰਨਾ ਸਿੱਖਿਆ। ਸੋ ਜਦੋਂ ਤੁਹਾਡੇ ਕੋਲ ਵੀ ਉਹਦਾ ਡਾਟਾ ਕਲੈਕਸ਼ਨ ਹੋਊਗੀ ਤਾਂ ਜਿਹੜਾ ਤੁਹਾਡੇ ਕਹਿਣ ਦਾ ਤਰੀਕਾ ਹੈ ਉਹ ਡਿਫਰੈਂਟ ਹੋਊਗਾ, ਕਿਉਂਕਿ ਮੈਂ ਵੀ ਕੰਮ ਕਰਦੀ ਹਾਂ, ਮੈਨੂੰ ਪਤਾ ਮੇਰਾ ਬੱਚਾ ਕਿੰਨਾ ਸਿੱਖ ਗਿਆ। ਅਤੇ ਉਸ ਤੋਂ ਬਾਅਦ ਜਦੋਂ ਤੁਹਾਡੇ ਸਾਰੇ ਗੋਲ ਅਸੀਂ ਮਿੱਥ ਲੈਂਦੇ ਹਾਂ ਤਾਂ ਅਸੀਂ ਇੱਕ ਫਾਈਨਲ ਕਾਪੀ ਤਿਆਰ ਕਰਦੇ ਹਾਂ, ਆਈ ਪੀ ਦੀ, ਇਸ ਦਸਤਾਵੇਜ਼ ਦੀ ਇੱਕ ਫਾਈਨਲ ਕਾਪੀ ਤਿਆਰ ਕਰਦੇ ਹਾਂ। ਇਸ ਦੀ ਕਾਪੀ ਸਕੂਲ ਵਾਲਿਆਂ ਤੋਂ ਜ਼ਰੂਰ ਮੰਗੋ ਅਤੇ ਘਰ ਜਾ ਕੇ ਇਹਨੂੰ ਪੜ੍ਹੋ ਕਿ ਇਹਦੇ ਵਿੱਚ ਕੀ ਲਿਖਿਆ ਗਿਆ, ਕਿਵੇਂ ਲਿਖਿਆ ਗਿਆ। ਅਤੇ ਜੇ ਕੋਈ ਤੁਹਾਨੂੰ ਗੱਲ ਨਹੀਂ ਸਮਝ ਆਈ ਤਾਂ ਤੁਸੀਂ ਟੀਚਰਸ ਨਾਲ ਦੁਬਾਰਾ ਪੁੱਛ ਸਕਦੇ ਹੋ। ਇਹ ਨਹੀਂ ਹੈ ਵੀ ਅੱਜ ਲਿਖਤੇ ਅਤੇ ਅਸੀਂ ਮੁੜ ਕੇ ਇਹਦੇ ਬਾਰੇ ਗੱਲ ਨਹੀਂ ਕਰਨੀ, ਨਹੀਂ, ਟੀਚਰਸ ਨੂੰ ਜ਼ਰੂਰ ਪੁੱਛੋ, ਕਿਉਂਕਿ ਜਦੋਂ ਤੁਸੀਂ ਟੀਚਰਸ ਨੂੰ ਪੁੱਛਦੇ ਹੋ ਉਹਨਾਂ ਨੂੰ ਵੀ ਤੁਹਾਡੇ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਤੁਸੀਂ ਆਪਣੇ ਬੱਚੇ ਦੀ ਤਰੱਕੀ ਦੇ ਵਿੱਚ ਸ਼ਮੂਲੀਅਤ ਦਿਖਾਉਂਦੇ ਹੋ। ਠੀਕ ਹੈ, ਉਸ ਤੋਂ ਬਿਨਾਂ ਜੀ ਕਿ ਸਕੂਲ ਅਤੇ ਘਰ ਦੇ ਜੋ ਵਿਵਹਾਰ ਨੇ, ਜੋ ਤੁਹਾਡਾ ਸਕੂਲ ਬੱਚਾ ਘਰ ਵਿੱਚ ਕਰਦਾ ਜਾਂ ਸਕੂਲ ਵਿੱਚ ਕਰਦਾ ਉਹ ਬਿਲਕੁਲ ਵੱਖਰੇ ਹੋ ਸਕਦੇ ਹੈ। ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਕਿਉਂ ਹੁੰਦਾ ਐਵੇਂ? ਜੋ ਬੱਚਾ ਘਰ 'ਚ ਕਰਦਾ ਉਹ ਸਕੂਲ 'ਚ ਨਹੀਂ ਕਰਦਾ, ਅਤੇ ਜੋ ਸਕੂਲ 'ਚ ਕਰਦਾ ਉਹ ਘਰ ਨਹੀਂ ਕਰਦਾ। ਸਕੂਲ ਤਾਂ ਬੜਾ ਵਧੀਆ ਬੈਠਦਾ ਅਤੇ ਘਰੇ ਜੀ ਬੈਠਦਾ ਹੀ ਨਹੀਂ ਹੈਗਾ ਬਿਲਕੁਲ ਵੀ, ਸਾਰਾ ਦਿਨ ਪਿੱਛੇ ਪਿੱਛੇ ਫਿਰੀ ਜਾਈਦਾ। ਹਾਂਜੀ ਹਾਂਜੀ, ਕਿਉਂਕਿ ਸਕੂਲ ਦੇ ਵਿੱਚ ਜਿਹੜੀਆਂ ਰੂਲਸ ਐਂਡ ਐਕਸਪੈਕਟੇਸ਼ਨਸ ਹੁੰਦੀਆਂ ਬੜੀਆਂ ਡਿਫਰੈਂਟ ਹੁੰਦੀਆਂ। ਸਕੂਲ ਦੇ ਵਿੱਚ ਪੂਰਾ ਅਨੁਸ਼ਾਸਨ ਹੁੰਦਾ, ਡਿਸਿਪਲਿਨ ਹੁੰਦਾ, ਅਤੇ ਘਰ ਵਿੱਚ ਅਸੀਂ ਕਹਿੰਦੇ ਹਾਂ ਸਕੂਲੋਂ ਥੱਕ ਕੇ ਆਇਆ ਚੱਲ ਕੋਈ ਨਾ ਘਰ ਲੈਣ ਦੇ,
ठीक है जी, उस टाइम असं कह दें भी कर लैन दे तो वेंचुअली बच्चे की आदत बन जाती है, जो आदत बन जाती उदों असं की कहने मुड़दा ही नहीं, कितना तंग किया होया इन्हें, यही कहने ना। तो जो साढ़े कोले कोई बिहेवियर कंसल्टेंट तो तुम उन्हें कहने पहला तो जी आदत ठीक कर दो यदि फिर असं अगे काम करांगे, पर असी सोचे समझे असी उस बच्चे उस राह पर पा लिया क्योंकि असी उन्हें रोकिया ही नहीं, क्योंकि असी क्या भी छोटा है अपने आप हट जूगा ज सीख जूगा, पर नहीं ये वाले बच्चे एवें नहीं सीखते, इन्हों टाइम टू टाइम सानू सिखाना पैंदा दसना पैंदा। सो इसलिए स्कूल ते जिहड़े घर दे सुभा है व्यवहार है वह दोनों वक्रे वक्रे होंदे हैं। हुण तक जी कोई सवाल कोई जवाब?